ਅਸਲਾਮ ਵਾਲੇਕਮ ਵੀਰੋ, ਕੀ ਹਾਲ ਚਾਲ ਹੈ? ਪ੍ਰੇਮ ਢਿੱਲੂ ਅਤੇ ਸਿੱਧੂ ਮੂਸੇਵਾਲੇ ਦੇ ਵਿੱਚ ਇੱਕ ਵਿਵਾਦ ਪਹਿਲੇ ਤੋਂ ਚੱਲਦਾ ਆਉਣ ਡਿਆ ਸੀ ਅਤੇ ਸਿੱਧੂ ਮੂਸੇਵਾਲੇ ਦੇ 410 ਜਿਹੜਾ ਗਾਣਾ ਆਇਆ ਵੈ, ਉਹਦੇ ਵਿੱਚ ਸਨੀ ਮਾਲਟਨ ਨੇ ਪ੍ਰੇਮ ਢਿੱਲੂ ਨੂੰ ਬੜਾ ਇੱਕ ਸਖਤ ਜਵਾਬ ਦਿੱਤਾ ਵੈ, ਜਿਹਦੇ ਬਾਰੇ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ। ਸੋ ਚੱਲ ਕੇ ਵੀਡੀਓ ਦੇਖਦੇ ਹਾਂ ਅਤੇ ਇਸ ਦੇ ਬਾਰੇ ਜਾਣਦੇ ਹਾਂ। ਸਿੱਧੂ ਮੂਸੇਵਾਲਾ ਅਤੇ ਪ੍ਰੇਮ ਢਿੱਲੋਂ ਦੀ ਕੰਟਰੋਵਰਸੀ ਬਾਰੇ ਤਾਂ ਆਪਾਂ ਸਾਰੇ ਜਾਣਦੇ ਹਾਂ, ਇੱਕ ਵਾਰ ਫਿਰ ਵੀ ਮੋਟਾ ਮੋਟਾ ਇਹਨਾਂ ਦੀ ਪੁਰਾਣੀ ਝਲਕ ਤੁਹਾਨੂੰ ਦਿਖਾ ਦਈਏ। ਪ੍ਰੇਮ ਢਿੱਲੋਂ ਅਤੇ ਸਿੱਧੂ ਮੂਸੇਵਾਲਾ ਇਕੱਠੇ ਕੰਮ ਕਰਦੇ ਅਤੇ ਵਧੀਆ ਦੋਸਤ ਵੀ ਸਨ। ਪ੍ਰੇਮ ਢਿੱਲੋਂ ਦਾ ਇੰਡਸਟਰੀ ਵਿੱਚ ਨਾਂ ਬਣਾਉਣ ਵਾਲਾ ਵੀ ਸਿੱਧੂ ਸੀ। ਓਲਡ ਸਕੂਲ ਗਾਣੇ ਤੋਂ ਬਾਅਦ ਹੀ ਲੋਕਾਂ ਨੂੰ ਪ੍ਰੇਮ ਢਿੱਲੋਂ ਬਾਰੇ ਪਤਾ ਲੱਗਣ ਲੱਗਿਆ। ਫਿਰ ਬਾਅਦ ਵਿੱਚ ਪ੍ਰੇਮ ਢਿੱਲੋਂ ਸਿੱਧੂ ਨਾਲ ਬੌਂਡ ਦਾ ਕੰਟਰੈਕਟ ਅੱਧ ਵਿਚਾਲੋਂ ਤੋੜ ਦਿੰਦਾ ਹੈ ਅਤੇ ਸਿੱਧੂ ਨਾਲ ਕਿਨਾਰਾ ਕਰਕੇ ਆਪਣਾ ਵੱਖਰਾ ਕੰਮ ਸ਼ੁਰੂ ਕਰ ਲੈਂਦਾ ਹੈ। ਹੁਣ ਜਾਇਜ਼ ਹੀ ਗੱਲ ਹੈ ਦੋਸਤੋ, ਸਿੱਧੂ ਨੂੰ ਤਾਂ ਗੁੱਸਾ ਆਉਣਾ ਹੀ ਹੈ। ਜਿਸ ਤੋਂ ਬਾਅਦ ਸਿੱਧੂ ਨੇ ਆਪਣੇ ਕਈ ਗਾਣਿਆਂ ਵਿੱਚ ਪ੍ਰੇਮ ਢਿੱਲੋਂ ਨੂੰ ਜਵਾਬ ਦਿੱਤਾ, ਪਰ ਪ੍ਰੇਮ ਢਿੱਲੋਂ ਦਾ ਮੁੜ ਕੋਈ ਜਵਾਬ ਨਹੀਂ ਆਇਆ, ਕਿਉਂਕਿ ਪ੍ਰੇਮ ਢਿੱਲੋਂ ਵੀ ਜਾਣਦਾ ਸੀ ਕਿ ਉਹ ਗਲਤ ਸੀ। ਫਿਰ ਸਿੱਧੂ ਦੇ ਜਾਣ ਤੋਂ ਬਾਅਦ ਪ੍ਰੇਮ ਢਿੱਲੋਂ ਨੇ ਲੋਕਾਂ ਨੂੰ ਦੱਸਿਆ ਕਿ ਅਸੀਂ ਬਾਅਦ ਵਿੱਚ ਇੱਕ ਹੋ ਗਏ ਸੀ, ਸਾਡੀਆਂ ਲੜਾਈਆਂ ਖਤਮ ਹੋ ਗਈਆਂ ਸਨ। ਇਸ ਗੱਲ ਵਿੱਚ ਕਿੰਨੀ ਕੁ ਸੱਚਾਈ ਹੈ, ਇਹ ਗੱਲ ਜਾਂ ਤਾਂ ਪਰਮਾਤਮਾ ਜਾਣਦਾ ਹੈ ਜਾਂ ਖੁਦ ਪ੍ਰੇਮ ਢਿੱਲੋਂ। ਖੈਰ, ਹੁਣ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਅੱਜ ਦੀ। ਹਾਲ ਹੀ ਦੇ ਵਿੱਚ ਸਿੱਧੂ ਮੂਸੇਵਾਲਾ ਅਤੇ ਸਨੀ ਮਾਲਟਨ ਦਾ 410 ਗਾਣਾ ਰਿਲੀਜ਼ ਹੋ ਕੇ ਹਟਿਆ, ਜਿਸ ਵਿੱਚ ਸਿੱਧੂ ਦੇ ਦੋਸਤ ਸਨੀ ਮਾਲਟਨ ਨੇ ਪ੍ਰੇਮ ਢਿੱਲੋਂ ਨੂੰ ਠੋਕਵਾਂ ਜਵਾਬ ਦੇ ਦਿੱਤਾ ਹੈ। ਉਹ ਕਿਹੜੀ ਲਾਈਨ ਹੈ ਉਹ ਵੀ ਤੁਹਾਨੂੰ ਹੁਣ ਸੁਣਾਉਂਦੇ ਹਾਂ। ਉਹ ਫਾਇਦੇ ਚੱਕ ਕੇ ਭੱਜੇ ਮੈਂ ਨਾਮ ਨਹੀਂ ਲੈਣਾ। ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਪ੍ਰੇਮ ਢਿੱਲੋਂ ਨੂੰ ਕਿਸ ਤਰ੍ਹਾਂ ਰਿਪਲਾਈ ਕੀਤਾ ਹੈ। ਜੇਕਰ ਨਹੀਂ ਤਾਂ ਤੁਹਾਨੂੰ ਦੱਸਦੇ ਹਾਂ, ਸਿੱਧੂ ਦੇ ਜਿਉਂਦੇ ਜੀ ਬਾਈ ਸਿੱਧੂ ਦਾ ਫਾਕੀਮਲ ਗਾਣਾ ਸਨੀ ਮਾਲਟੇ ਨਾਲ ਆਇਆ ਸੀ, ਜਿਸ ਵਿੱਚ ਬਾਈ ਸਿੱਧੂ ਨੇ ਪ੍ਰੇਮ ਢਿੱਲੋਂ ਨੂੰ ਜਵਾਬ ਦਿੰਦਿਆਂ ਹੋਇਆ ਕਿਹਾ ਕਿ ਭੱਜਣਾ ਹੀ ਹੁੰਦਾ ਫਿਰ ਸਾਈਨ ਹੁੰਦੇ ਕਾਸ ਤੋਂ। ਇਹੀ ਸੇਮ ਲਾਈਨ ਹੁਣ ਸਨੀ ਮਾਲਟਨ ਨੇ ਸਿੱਧੂ ਨਾਲ ਆਪਣੇ ਨਵੇਂ ਗਾਣੇ ਵਿੱਚ ਕਹਿ ਦਿੱਤੀ, ਜੋ ਕਿ ਪ੍ਰੇਮ ਢਿੱਲੋਂ ਨੂੰ ਹੀ ਰਿਪਲਾਈ ਕੀਤਾ ਹੈ। ਜੇਕਰ ਬਾਈ ਸਿੱਧੂ ਜਿਉਂਦਾ ਹੁੰਦਾ ਤਾਂ ਸਨੀ ਮਾਲਟਨ ਨੂੰ ਇਹ ਲਾਈਨ ਕਹਿਣ ਦੀ ਕੋਈ ਜ਼ਰੂਰਤ ਨਹੀਂ ਪੈਂਦੀ, ਕਿਉਂਕਿ ਬਾਈ ਸਿੱਧੂ ਨੇ ਆਪ ਹੀ ਜਵਾਬ ਦੇ ਦੇਣਾ ਸੀ। ਹੁਣ ਇਹ ਰਿਪਲਾਈ ਭਾਵੇਂ ਸਨੀ ਮਾਲਟਨ ਨੇ ਦਿੱਤਾ ਭਾਵੇਂ ਸਿੱਧੂ ਨੇ, ਦੋਨਾਂ ਦੀ ਇੱਕ ਗੱਲ ਹੀ ਹੈ। ਹੁਣ ਇਸ ਰਿਪਲਾਈ ਬਾਰੇ ਤੁਹਾਡੇ ਕੀ ਵਿਚਾਰ ਹਨ? ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਕੇ ਜਾਇਓ। ਧੰਨਵਾਦ। ਦੋਸਤੋ, ਇਹ ਗੱਲ ਬਿਲਕੁਲ ਠੀਕ ਹੈ ਕਿ ਪ੍ਰੇਮ ਢਿੱਲੋਂ ਦੀ ਅਤੇ ਸਿੱਧੂ ਮੂਸੇਵਾਲੇ ਦਾ ਜਿਹੜਾ ਆਪਸ ਮੇਂ ਰੰਜਿਸ਼ ਹੈਗੀ ਸੀ, ਉਹ ਸਿੱਧੂ ਮੂਸੇਵਾਲੇ ਦੇ ਜ਼ਿੰਦਿਆਂ ਤੋਂ ਸਟਾਰਟ ਹੋ ਗਈ ਸੀ, ਕਿਉਂਕਿ ਪ੍ਰੇਮ ਢਿੱਲੋਂ ਨੇ ਸਿੱਧੂ ਮੂਸੇਵਾਲੇ ਨੂੰ ਧੋਖਾ ਦਿੱਤਾ ਸੀ। ਅਤੇ ਸਿੱਧੂ ਮੂਸੇਵਾਲੇ ਨੇ ਆਪਣੇ ਕਈ ਗਾਣਿਆਂ ਵਿੱਚ ਇਹਦਾ ਪਹਿਲੇ ਵੀ ਪ੍ਰੇਮ ਢਿੱਲੋਂ ਜ਼ਿਕਰ ਕੀਤਾ ਵੈ, ਲੇਕਿਨ 410 ਗਾਣਾ ਆਇਆ ਵੈ, ਵਿੱਚ ਸਲੀ ਮੰਟੋ ਨੇ ਵੀ ਬਿਲਕੁਲ ਉਹੀ ਲਾਈਨਾਂ ਬੋਲੀਆਂ ਵੈ। ਅਤੇ ਵੀਰੋ, ਇਸ ਤਰ੍ਹਾਂ ਦੇ ਕਈ ਸਿੰਗਰ, ਕਈ ਇਸ ਤਰ੍ਹਾਂ ਦੇ ਲੋਕ ਹੈ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਤੋਂ ਬੜਾ ਫਾਇਦਾ ਚੁੱਕਿਆ। ਜਦੋਂ ਜਿੰਦਾ ਸੀ ਉਦੋਂ ਉਹਦੇ ਖਿਲਾਫ਼ ਬੋਲਦੇ ਸੀ ਕਿ ਗਨ ਕਲਚਰ ਨੂੰ ਪ੍ਰਮੋਟ ਕਰਦਾ ਵੈ, ਇਹ ਨੌਜਵਾਨਾਂ ਨੂੰ ਖਰਾਬ ਕਰਨ ਡਿਆ ਵੈ, ਇਹ ਨੌਜਵਾਨਾਂ ਨੂੰ ਵਿਗਾੜਨ ਡਿਆ ਵੈ। ਅਤੇ ਜਦੋਂ ਸਿੱਧੂ ਮੂਸੇਵਾਲਾ ਉਹ ਮਰਡਰ ਹੋ ਗਿਆ, ਅਤੇ ਬਾਅਦ ਦੇ ਵਿੱਚ ਉਹ ਜਨਾਬ ਫੇਮ ਲੈਣ ਵਾਸਤੇ, TRP ਲੈਣ ਵਾਸਤੇ ਉਹਨੇ ਆਣ ਕੇ ਉਹਨਾਂ ਨੇ ਬੜੇ ਰੌਲੇ ਪਾਏ। ਅਤੇ ਕਈ ਇਸ ਤਰ੍ਹਾਂ ਦੇ ਲੋਕ ਸੀ ਜਿਹੜੇ ਸਿੱਧੂ ਮੂਸੇਵਾਲੇ ਦੇ ਕਹਿੰਦੇ ਸੀ ਅਸੀਂ ਭਰਾ ਹੈ, ਬੜੇ ਖਾਸ ਹੈ, ਬੜੇ ਕਰੀਬੀ ਹੈ। ਪਰ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ, ਉਸ ਤੋਂ ਬਾਅਦ ਕਿਸੇ ਨੇ ਉਹਦੇ ਜਸਟਿਸ ਵਾਸਤੇ ਨਾ ਹੀ ਪੋਸਟ ਪਾਈ ਹੈ, ਨਾ ਕੋਈ ਗੱਲ ਕੀਤੀ ਹੈ, ਅਤੇ ਨਾ ਹੀ ਉਹਦੇ ਪਰਿਵਾਰ ਦਾ ਉਹਨਾਂ ਨੇ ਕੋਈ ਸਾਥ ਦਿੱਤਾ ਹੋਇਆ, ਨਾ ਹੀ ਉਹਦੇ ਪਰਿਵਾਰ ਨੂੰ ਮਿਲਿਆ ਹੋਇਆ। ਅਤੇ ਵੀਰੋ, ਕਮੈਂਟ ਕਰਕੇ ਤੁਸੀਂ ਲਾਜ਼ਮੀ ਦੱਸਣਾ ਕਿ ਤੁਹਾਡੀ ਇਸ ਦੇ ਬਾਰੇ ਕੀ ਰਾਏ ਹੈ, ਅਤੇ ਜਸਟਿਸ ਫਾਰ ਸਿੱਧੂ ਮੂਸੇਵਾਲਾ ਇੱਕ ਮਿੰਟ ਲਾਜ਼ਮੀ ਕਰਨਾ, ਇਸ ਨੂੰ ਟ੍ਰੈਂਡ ਬਣਾਓ ਤਾਂ ਕਿ ਸਿੱਧੂ ਮੂਸੇਵਾਲੇ ਨੂੰ ਜਲਦੀ ਤੋਂ ਜਲਦੀ ਜਸਟਿਸ ਮਿਲ ਸਕੇ। ਆਪਣਾ ਢੇਰ ਸਾਰਾ ਖਿਆਲ ਰੱਖਣਾ, ਦੁਆਵਾਂ ਯਾਦ ਰੱਖਣਾ। ਅੱਲਾ ਹਾਫਿਜ਼।